ਜਦੋਂ ਬਾਅਦ ਆਪਣੀ ਫਸਟ ਲੈਸਨ ਲੈਸਨ ਜਾ ਰਿਹਾ ਸਟਾਰਟਿੰਗ ਦਾ ਤੁਸੀਂ ਸਿੱਖਣਾ ਚਾਹੁੰਦੇ ਹੋ ਸਟਾਰਟਿੰਗ ਦੇ ਵਿੱਚ ਉਸਨੂੰ ਕਿਸ ਤਰ੍ਹਾਂ ਤੁਸੀਂ ਸ਼ੁਰੂ ਕਰ ਸਕਦੇ ਹੋ ਜਿਹੜੀ ਸਰਗਮਾਲ ਜਿਸ ਤਰ੍ਹਾਂ ਦੱਸਾਂਗਾ ਦੇਖੋ ਅਸੀਂ ਵਜਾਉਣ ਲਈ ਇਸਨੂੰ ਹੱਥ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਸੱਪ ਅਤੇ ਫਨ ਇਸ ਤਰ੍ਹਾਂ ਫਿਰ ਇਹ ਦੋ ਉਂਗਲਾਂ ਜਿਹੜੀਆਂ ਜ਼ਿਆਦਾਤਰ ਜੋ ਉਸਤਾਰ ਵਾਲੇ ਗੁਰੂਆਂ ਕੋਲ ਸਿੱਖੇ ਹੁੰਦੇ ਉਹ ਇੱਕ ਉਂਗਲ ਜ਼ਿਆਦਾ ਇਸਤੇਮਾਲ ਕਰਦੇ ਪਰ ਜਿਹੜੀ ਦਿਲੋਂ ਵਾਲੀ ਟੈਕਨੀਕ ਹੈਗੀ ਹੈ ਇਹ ਦੋ ਉਂਗਲਾਂ ਇਹ ਮੇਨ ਇਸਨੂੰ ਇਸ ਤਰ੍ਹਾਂ ਰੱਖਣਾ ਆਹ ਉਂਗਲਾਂ ਦੋ ਜਿਹੜੀਆਂ ਇਹ ਥੋੜ੍ਹੀਆਂ ਹੱਡੀਆਂ ਰਹਿਣ ਇਹ ਕਈ ਜਾਣੇ ਕੀ ਕਰਦੇ ਆ ਇਹ ਅੰਗੂਠਾ ਜੋ ਹੈ ਇੱਥੇ ਨੀਚੇ ਲਗਾ ਲੈਂਦੇ ਇਹ ਨੀਚੇ ਨਹੀਂ ਲਗਾਉਣਾ ਹੈਗਾ ਅੰਗੂਠਾ ਇਸਨੂੰ ਇਸ ਤਰ੍ਹਾਂ ਅੰਗੂਠਾ ਇੱਥੇ ਰਹਿਣਾ ਚਾਹੀਦਾ ਅੰਗੂਠਾ ਇੱਥੇ ਰਹਿ ਰਿਹਾ ਨੀਚੇ ਨਹੀਂ ਕਰਨਾ ਅਤੇ ਹੱਥ ਨੀਚੇ ਦਾ ਟੱਚ ਨਹੀਂ ਹੋਣਾ ਚਾਹੀਦਾ ਇਸਨੂੰ ਰੱਖਣਾ ਕਿਸ ਤਰ੍ਹਾਂ ਦੇਖੋ ਇਸ ਤਰ੍ਹਾਂ ਪੈਰ ਇਸ ਤਰ੍ਹਾਂ ਰੱਖ ਸਕਦੇ ਦੇਖੋ ਇਸਨੂੰ ਮੋਢੇ ਪੈਰ ਦੇ ਸਹਾਰੇ ਨਾਲ ਟਿਕਾਇਆ ਗਾ ਪੈਰ ਨੂੰ ਇੱਦਾਂ ਵੀ ਕਰ ਸਕਦੇ ਜੋ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਕੰਫਰਟੇਬਲ ਲੱਗਦਾ ਉਸ ਹਿਸਾਬ ਨਾਲ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਵੀ ਰੱਖ ਸਕਦੇ ਜੀ ਮੈਂ ਮੈਨੂੰ ਇਸ ਤਰ੍ਹਾਂ ਠੀਕ ਲੱਗਦਾ ਮੈਂ ਇਸ ਤਰ੍ਹਾਂ ਰੱਖਿਆ ਜਾ ਦੇਖੋ ਠੀਕ ਆ ਹੁਣ ਦੇਖੋ ਜੇ ਆਪਾਂ ਇਸ ਤਰ੍ਹਾਂ ਨੀਚੇ ਹੱਥ ਲਗਾ ਲਾਂਗੇ ਤਾਂ ਹੱਥ ਆਪਣਾ ਫ੍ਰੀ ਨਹੀਂ ਰਹੂਗਾ ਅਤੇ ਆਪਾਂ ਵਜਾ ਨਹੀਂ ਸਕਾਂਗੇ ਇਸ ਕਰਕੇ ਹੱਥ ਨੂੰ ਫ੍ਰੀ ਬਿਲਕੁਲ ਨਾਲ ਟੱਚ ਨਹੀਂ ਕਰ ਹੋਣਾ ਦੇਊਗਾ ਨਾ ਉਹ ਆਪਾਂ ਫਸਟ ਲੈ ਸਰਗਮ ਦੇਖਦੇ ਫਸਟ ਸਰਗਮ ਹੈਗੀ ਆ ਇਹ ਦੇਖੋ ਗਜ ਗਜ ਦੇਖੋ ਹੁਣ ਆਪਾਂ ਗਜ ਨੂੰ ਕਿਸ ਤਰ੍ਹਾਂ ਪਕੜਨਾ ਗਜ ਨੂੰ ਆਹ ਦੇਖੋ ਇਸ ਤਰ੍ਹਾਂ ਆਹ ਦੇਖੋ ਦੋ ਉਂਗਲਾਂ ਵਿੱਚ ਜਿਸ ਤਰ੍ਹਾਂ ਦੇਖੋ ਜਿਸ ਤਰ੍ਹਾਂ ਪਿਸਤੌਲ ਪਕੜਦੇ ਆ ਨਾ ਉਸ ਤਰ੍ਹਾਂ ਦੇਖੋ ਆਹ ਉਂਗਲ ਉੱਪਰ ਦੋ ਵਿੱਚ ਚੀਚੀ ਨੀਚੇ ਫਿਰ ਇਸਨੂੰ ਬਿਲਕੁਲ ਸਿੱਧਾ ਚਲਾਉਣਾ ਇਹ ਮੇਨ ਇਹਦਾ ਸਾਹ ਹੈਗਾ ਇਹ ਸਾਹ ਹੈਗਾ ਇਹਦਾ ਮੇਨ ਜਿਸ ਤਰ੍ਹਾਂ ਹਰਮੋਨੀਅਮ ਦੀ ਸਰਗਮ ਫਸਟ ਸਰਗਮ ਸਾਰੇ ਗਾਮਾ ਪਾਦਾ ਨਹੀਂ ਸਾਹ ਉਸ ਤਰ੍ਹਾਂ ਇਹਦੀ ਹੈ ਪਹਿਲੋਂ ਆਪਾਂ ਜੇ ਹਰਮੋਨੀਅਮ 'ਤੇ ਜਿਹੜੀ ਦੂਸਰੀ ਸਰਗਮ ਹੈਗੀ ਨਾ ਸਾ ਸਾ ਰੇ ਰੇ ਗਾ ਗਾ ਇਸ 'ਤੇ ਪਹਿਲੋਂ ਪਹਿਲੀ ਸਰਗਮ ਉਹ ਵਜਾਈ ਜਾਂਦੀ ਇਹਦੇ ਰਾਈਟ ਲੈਫਟ ਇਸ ਤਰ੍ਹਾਂ ਇੱਕ ਇੱਕ ਸਾਹ 'ਤੇ ਰਾਈਟ ਰੇ ਅਤੇ ਲੈਫਟ ਇਸ ਤਰ੍ਹਾਂ ਸਾਰੇ